Assalamualaikum. अब जा रहा है क्या? हाँ ठीक है यार सीबी. सही है. कुछ कौन है? हाँ जी शुक्र अल्लाह बागा तुझे सांव. शुक्र अल्लाह. ओ फिर तो तू ठीक था. मशीन चलाई थी आज? सही. हाँ वो सुनाओ. बस ठीक है. और कौन सा मामा जी पापा सब ठीक है? हाँ जी शुक्र अल्लाह बाला सब ठीक था. अच्छा कल तो सुबह ना कल. सलामुअलैकुम. क्या रब जी बाहर देखो क्या कर रहे जी क्या? हेलो. जी सब्जी जी समय नहीं लगी. हेलो. अच्छा नर्स साहब. अच्छा मम्मा. सलाम अलैकुम. शुक्र अल्लाह पाक दा. भाभी तुसी सुनाओ. खैर मुबारक. हुण तुहानू की दसा. दस भी नहीं सकदा ते सोच भी नहीं सकदा. आमीन. हां जी तुसी तो सानी भी डा दी सी सानू पता लगा सी. नहीं भाभी मैनू शर्म आउंदी सी गल करन लग्या. अगर भी जनानी का फोन आया मम्मा मैंने कहना दस दे. मैं कहा मम्मा मैनू शर्म आउंदी आ उदो भी नहीं मैं दस्या है. हांजी सारे ठीक है.
ਬਾਹਰ ਨੀ ਸੀ ਆਉਂਦਾ ਗੱਲ ਕਰਨ ਦੀ ਮੈਂ ਕਹਿੰਦਾ ਨਹੀਂ ਕਾਰ ਤੇ ਦੱਸ ਅੱਜ ਅੱਜ ਸੁਬਾਹ ਅੱਜ ਸੁਬਾਹ ਮੰਮਾ ਖੋਦੀ ਹੀਰਾ ਨੂੰ ਪਾਰਟੀ ਦੇ ਦੇਣੀ ਆ ਹੋਰ ਉਹਨੂੰ ਹੀਰਾ ਨੂੰ ਮੈਂ ਦੱਸਿਆ ਤਾਂ ਹੈਗਾ ਭਾਬੀ ਮੈਨੂੰ ਸ਼ਰਮ ਆਉਂਦੀ ਸੀ ਉਹਨੂੰ ਦੱਸਿਆ ਤੇ ਆ ਭਾਬੀ ਨਹੀਂ 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 ਭਾਬੀ ਦੱਸਿਓ ਹੁਣ ਮੈਨੂੰ ਆਪ ਨੂੰ ਦੱਸਣ ਲੱਗਿਆ ਸ਼ਰਮ ਹੀ ਆਉਣੀ ਆ ਰਾਤ ਨੂੰ ਪਤਾ ਲੱਗਿਆ ਸੀਗਾ ਕਿੱਥੇ ਹੀਰਾ ਗੁੱਸੇ ਆ ਕੇ ਹੀਰਾ
ਦਾ ਗੁੱਸੇ ਆ ਭਾਬੀ ਇਹਨੂੰ ਕਹਿ ਗੁੱਸੇ ਮਤਲਬ ਕਿ ਸਾਜਨਾ ਨਾ ਹੋਈ ਹੋਰ ਜਿੰਨਾ ਮਰਜ਼ੀ ਬਿਮਾਰੀ ਹੋਵੇ ਅਸੀਂ ਅਸੀਂ ਨਾ ਕਿਸੇ ਨੂੰ ਇੱਥੇ ਕੀਤਾ ਤੇ ਨਾ ਹੀ ਕਿਸੇ ਤੋਂ ਹੋਏ ਆ ਨਹੀਂ ਇਹ ਤਾਂ ਫਿਰ ਗੱਲ ਨੀ ਸਹੀ ਵੇ ਮੈਨੂੰ ਨਾ ਅਫਸੋਸ ਰਹਿਣਾ ਨਹੀਂ ਉਹ ਵੀ ਕਰਦਾ ਹੁਣ ਤਾਂ ਮੰਨ ਜਾਵੇ ਉਹ ਪਹਿਲੇ ਇਹਨੂੰ ਕਿ ਤੂੰ ਮਠਿਆਈ ਖਵਾ ਉਹ ਤੂੰ ਨਾ ਮਠਿਆਈ ਖਵਾਈ ਇਹਨੇ ਨਾ ਪਾਰਟੀ ਖਵਾਈ ਪਹਿਲੇ ਇਹਨੂੰ ਕਿ ਤੂੰ ਖਵਾ ਲੈ ਵੀ ਗੁੱਸੇ ਆ ਇਹਦੇ ਨਾਲ ਇਹ ਦੇਖੋ ਵੀ ਇਹ ਦੇਖੋ ਵੀ ਇਹਨੂੰ ਮੈਂ ਕਹਿ ਕਹਿ ਕੇ ਫੋਨ ਕਰਾਇਆ ਤੁਹਾਨੂੰ ਇਹਨੇ ਦੱਸਿਆ ਵੀ ਆ ਵੀ ਫੋਨ ਮੈਂ ਕਰਾਇਆ ਵਾ ਚਲੋ ਇੰਤਜ਼ਾਰ ਕਰਾਂਗੇ ਇਹ ਵੱਡੇ ਦੇ ਗੁੱਸੇ ਹੋ ਕਰ ਖਲੋਦੀ ਸੀਗੀ ਕਿੱਥੇ ਆਏ ਭਾਬੀ ਹਾਂ ਕਬ ਤੱਕ ਯਾਦ ਕਰੂੰ ਮੈਂ ਉਸਕੋ ਕਬ ਤੱਕ ਇਸ਼ਕ ਬਣ ਗਾਣਾ ਗਾ ਗਿਆ ਗਾਣਾ ਗਾਉਂਦੇ ਆ ਕੀ ਅੱਛਾ ਹੋਰ ਹੋਰ ਅੰਮੀ ਅੱਬੂ ਠੀਕ ਆ ਭਾਬੀ ਸ਼ਰਮ ਆਉਂਦੀ ਆ ਭਾਬੀ ਰਾਤੀ ਮੇਰੇ ਇੰਨੀ ਖਾਰਿਸ਼ ਹੋਵੇ ਰਾਤੀ ਮੇਰੇ ਇੰਨੀ ਖਾਰਿਸ਼ ਹੋਵੇ ਆ ਜਦ ਮੇਰੀ ਜਾਨ ਹੀ ਨਿਕਲ ਜਾਣੀ ਹੁੰਦੀ ਆ ਤੇ ਮੈਂ ਫਿਰ ਅੰਮੀ ਹੁਣਾਂ ਨੂੰ ਦੱਸ ਹੈਂ ਹਜੇ ਤੱਕ ਰਾਂ ਤੇ ਨਹੀਂ ਲਿਆ ਤੇ ਗੋਲੀਆਂ ਲਿਆ ਕੇ ਨਾਲੇ ਕਹਿੰਦੇ ਗੋਲੀਆਂ ਲਿਆਉਣੀਆਂ ਤੇ ਇੰਜੈਕਸ਼ਨ ਮੈਂ ਕੀ ਕਰ ਲਿਆ ਦੇਣਾ ਸੀ ਗੋਲੀਆਂ ਲਿਆ ਕੇ ਦਿੱਤੀਆਂ ਸੀਗੀਆਂ ਯਾਦ ਹੀ ਨੀ ਰਿਹਾ ਪਤਾ ਨੀ ਰਾਤੀ ਮੱਛੀ ਖਾਧੀ ਉਹਦੇ ਨਾਲ ਖਾਰਿਸ਼ ਹੋਣ ਲੱਗ ਗਈ ਬਹੁਤ ਖਾਰ ਅੱਛਾ ਅੰਮੀ ਨਾਲ ਨੀ ਨਾਲ ਤੁਹਾਡੇ ਅੰਮੀ ਹੋਣਾ ਨੇ ਕਿੰਨੇ ਦੱਸਿਆ ਸੀ ਸਾਡੇ
Enemy spotted. For real this time.
ਠੀਕ ਆ ਬਾਲਟੀ ਲੈ ਗਿਆ ਨਾਲ ਡੋਲੂ ਵੀ Form up on me. Excellent work.